ई फार्मासिस्ट ऑफिसर एसोसिएशन के सदस्यों की ओर से डीसी कार्यालय के बाहर अपनी डिग्री की फोटोकॉपी जलाई गई। फार्मासिस्ट सदस्यों का आरोप था कि पिछले 14 साल से वो कच्चे मुलाजिम के तौर पर काम कर रहे हैं और बार बार आश्वासन के बावजूद सरकार उन्हें पक्का नहीं कर रही। इसके साथ ही 14 साल के वनवास के बाद भी सरकार उनकी नहीं सुन रही। अगर सरकार का रवैया ऐसा ही रहा तो संघर्ष और तेज होगा और अपने भविष्य के साथ साथ उनके बच्चे का भविष्य भी अंधकार में चला गया है। मेरा नाम कमलजीत चौहान जी, रूरल हेल्थ फार्मेसी अफसर एसोसिएशन पंजाब, वाइस चेयरमैन पंजाब। ये जी अं पिछले दिनों तो 19 तरीक तो अं इत लगातार धरने पर बैठे हाँ। तो 2006 तो अं पेंडू डिस्पेंसरिया काम करते हैं तो नामात्र तनखा सू मिलते ही है 10,000 रुपये पिलो। तो स्टार्टिंग साड़ी सिर्फ 2,000 तो स्टार्टिंग हुई, हूँ आन के साड़ी 10,000 हुई है। उस दे रोस वजो मंत्री दे झूठे ला रहे हैं, पंचायत मंत्री दे अज की मीटिंग कर देंगे, हफ्ते की मीटिंग तो बाद कर देंगे, अगली मीटिंग तो कर देंगे। उस रोस वजो अं जिहड़ा वा अं जिहड़ा मंत्री दी कोठी अगे धरना 23 तरीक नूं लाउण जा रहे सी, टेंट लगा, टेंट साडा फाड़ दिता पुलिस ने मंत्री दी शह ते, ते ਉਹ ਨਾਲ ਦੀ ਨਾਲ ਹੀ ਸਾਡੇ ਇਸ ਫਾਰਮੇਸੀ ਅਫਸਰ ਦਰਜਾ ਦਾ ਸਾਡੇ ਨਾਲ ਧੱਕੇ ਸ਼ਾਹੀ ਬਦਸਲੂਕੀ ਕੀਤੀ ਗਈ ਫਾਰਮੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ। ਅਤੇ ਉਸ ਦੇ ਰੋਸ ਵਜੋਂ ਕਿ ਸਾਨੂੰ ਹਜੇ ਵੀ ਜਿਹੜੇ ਉਹ ਲਾਰੇ ਲੱਪੇ ਮੀਟਿੰਗ ਹੋਈ ਸਾਡੀ ਉਹ ਬਿਨਾਂ ਬੇਸ਼ਿੱਟਾ ਰਹੀ ਆ। ਅਤੇ ਉਸ ਦੇ ਰੋਸ ਵਜੋਂ ਅੱਜ ਆਪਣੀਆਂ ਡਿਗਰੀਆਂ ਜਿਹੜੀਆਂ ਮੰਗ ਇੱਕੋ ਹੀ ਆ ਸਾਡੀ ਕਿ ਸਾਨੂੰ ਪਹਿਲ ਦੇ ਆਧਾਰ 'ਤੇ ਰੈਗੂਲਰ ਕੀਤਾ ਜਾਵੇ। ਸਰਕਾਰ ਮਨਜ਼ੂਰ ਕਰੇਗੀ ਤੁਹਾਡੀਆਂ ਡਿਗਰੀਆਂ ਸਾਰਿਆਂ ਦੇ ਨਾਲ? ਜੇ ਨਾ ਕਰੂਗੀ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਮਨਪ੍ਰੀਤ ਬਾਦਲ ਸਾਹਿਬ ਦਾ ਘਰਾਓ ਅਤੇ ਪੰਚਾਇਤ ਮੰਤਰੀ ਦੀ ਕੋਠੀ ਦਾ ਘਰਾਓ ਅਤੇ ਮੋਤੀ ਮਹਿਲ ਦਾ ਘਰਾਓ ਕਰਾਂਗੇ। ਜੇ ਨਾ ਸਾਡੀਆਂ ਮੰਗਾਂ ਇੱਕੋ ਮੰਗ ਸਾਡੀ ਰੈਗੂਲਰ ਦੀ, ਸਾਨੂੰ ਜਿੱਦਾਂ ਸਿਹਤ ਮੁਲਾਜ਼ਮਾਂ ਨੂੰ ਜਿਹੜੇ ਬੈਨੀਫਿਟ ਉਹ ਦਿੱਤੇ ਜਾਣ, ਨਹੀਂ ਜੀ ਉਹ ਵੀ ਦੋ ਦੋ ਤਿੰਨ ਤਿੰਨ ਮਹੀਨੇ ਲੰਘ ਜਾਂਦੇ ਆ। ਕੋਰਟ ਦੇ ਵਿੱਚ ਹੁਣ ਸਾਡੀਆਂ ਡਿਊਟੀਆਂ ਲੱਗੀਆਂ, ਉਹਨਾਂ ਸਾਰੀਆਂ ਐਮਰਜੈਂਸੀ ਡਿਊਟੀਆਂ ਦਾ ਅਸੀਂ ਬਾਈਕਾਟ ਕਰਕੇ ਇੱਥੇ ਧਰਨੇ ਅਸੀਂ ਦੇ ਰਹੇ ਹਾਂ। ਸਾਨੂੰ ਅੱਜ 11ਵਾਂ ਦਿਨ ਹੋ ਗਿਆ ਜੀ ਪ੍ਰੋਗਰਾਮ ਕੀਤਾ ਗਿਆ, ਅੱਜ ਡੀਸੀ ਦਫ਼ਤਰ 11ਵੇਂ ਦਿਨ 'ਚ ਅਸੀਂ ਸ਼ਾਮਿਲ ਹੋ ਗਏ। ਡੀਸੀ ਦਫ਼ਤਰ ਧਰਨੇ ਲਗਾਤਾਰ ਜਾਰੀ ਆ ਅਤੇ ਇਸੇ ਤਰ੍ਹਾਂ ਜਾਰੀ ਰਹਿਣਗੇ। ਸਟੇਟ ਲੈਵਲ 'ਤੇ ਵੀ ਅਸੀਂ ਜਿਹੜੇ ਪ੍ਰੋਟੈਕਸਟ ਜਿੱਦਾਂ ਰੈਲੀਆਂ ਧਰਨੇ, ਹਾਂਜੀ ਡਿਗਰੀਆਂ ਕਾਪੀਆਂ ਅੱਜ ਆਪਣੀ ਡਿਗਰੀ ਦੀਆਂ ਹੀ ਸਾੜੀਆਂ ਇਸੇ ਰੋਸ ਵਜੋਂ ਕਿ ਸਾਨੂੰ ਪੱਕਿਆ ਸਰਕਾਰ ਨੇ ਲਾਰਾ ਲੱਪਾ ਲਾਇਆ ਜਾਈਏ ਅਤੇ ਇਸ ਕਰਕੇ ਅਸੀਂ ਡਿਗਰੀਆਂ ਆਪਣੀ ਕਾਪੀਆਂ ਜਿਹੜੀਆਂ ਉਹ ਸਾੜੀਆਂ ਗਈਆਂ ਅਤੇ ਸਰਕਾਰ ਨੂੰ ਸਖ਼ਤ ਚੇਤਾਵਨੀ ਦੇ ਦਿੱਤੀ ਕਿ ਜੇ ਸਾਨੂੰ ਰੈਗੂਲਰ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਊਗਾ। ਹਾਂਜੀ ਮੇਰਾ ਨਾਂ ਸੁਖਜਿੰਦਰ ਕੌਰ ਆ ਜੀ, ਫਾਰਮੇਸੀ ਅਫਸਰ। ਅਸੀਂ ਜੀ 15 ਦਿਨ ਹੋ ਗਏ ਸਾਨੂੰ ਧਰਨਾ ਬਾਈਕਾਟ ਕੀਤੇ ਨੂੰ। ਅਸੀਂ ਰੂਰਲ ਹੈਲਥ ਫਾਰਮਾਸਿਸਟ 2006 ਤੋਂ ਕੰਮ ਕਰ ਰਹੇ ਹਾਂ। ਅਸੀਂ 3 ਮਹੀਨਿਆਂ ਤੋਂ ਐਮਰਜੈਂਸੀ ਡਿਊਟੀਆਂ ਸੇਵਾਵਾਂ ਦੇ ਰਹੇ ਹਾਂ। ਐਮਰਜੈਂਸੀ ਡਿਊਟੀਆਂ ਏਅਰਪੋਰਟ ਲਾਈਨ, ਏਅਰਪੋਰਟ ਇੰਟਰਨੈਸ਼ਨਲ ਏਅਰਪੋਰਟ ਅਤੇ ਦਰਗਿਆਨਾ ਮੰਦਰ, ਗੋਲਡਨ ਟੈਂਪਲ, ਵਾਹਗਾ ਬਾਰਡਰ, ਆਈਸੋਲੇਸ਼ਨ ਵਾਰਡ, ਸਸਪੈਕਟਡ ਕੇਸ, RRT ਕੇਸ, ਸਭ ਦੇ ਵਿੱਚ ਅਸੀਂ ਡਿਊਟੀਆਂ ਕਰ ਰਹੇ ਹਾਂ, ਫਰੰਟ ਲਾਈਨ 'ਤੇ ਹੋ ਕੇ ਕਰ ਰਹੇ ਹਾਂ। ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ, ਨਾ ਸਾਡੀ ਕੋਈ ਜੋਬ ਸਿਕਿਓਰ। ਸਾਡੀ ਮੰਗ ਆ ਜੀ ਸਾਨੂੰ ਰੈਗੂਲਰ ਕੀਤਾ ਜਾਵੇ ਹਰ ਹਾਲਤ ਵਿੱਚ। ਕਿੰਨੀ ਦੇਰ ਤੋਂ ਤੁਹਾਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ? ਅਸੀਂ 2006 ਤੋਂ ਕੰਮ ਕਰ ਰਹੇ ਹਾਂ, 15 ਸਾਲ ਹੋ ਗਏ, 14 ਸਾਲ ਕੰਪਲੀਟ ਹੋ ਗਏ, 15ਵਾਂ ਸਾਲ ਲੱਗ ਗਿਆ ਜੀ। 14 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਬਨਵਾਸ ਵੀ ਕੱਟਿਆ ਜਾਂਦਾ ਵਾ ਸਾਡੇ ਨਾਲ। ਅਸੀਂ ਪੜ੍ਹੇ ਲਿਖੇ ਹੋ ਕੇ ਸਾਡੇ ਮਾਂ ਪਿਓ ਨੇ ਸਾਨੂੰ ਇੰਨੀਆਂ ਮੁਸ਼ਕਲ ਡਿਗਰੀਆਂ ਕਰਾਈਆਂ ਨੇ, ਅੱਜ ਅਸੀਂ ਸਰਕਾਰ ਦੇ ਹੱਥੋਂ ਦੁਖੀ ਹੋ ਕੇ ਅਤੇ ਅਸੀਂ ਆਪਣੀਆਂ ਡਿਗਰੀਆਂ ਸਾਰ ਰਹੇ ਹਾਂ। ਸਾਡੇ ਬੱਚਿਆਂ ਦਾ ਸਾਡਾ 10,000 ਵਿੱਚ ਸਾਡਾ ਗੁਜ਼ਾਰਾ ਨਹੀਂ ਹੁੰਦਾ, ਸਾਡੇ ਬੱਚਿਆਂ ਦਾ ਪਾਲਣ ਪੋਸ਼ਣ ਕਿੱਦਾਂ ਕਰਾਂਗੇ, ਅਸੀਂ ਸਾਡਾ ਗੁਜ਼ਾਰਾ ਨਹੀਂ ਹੁੰਦਾ, ਬਾਕੀ ਕੰਮ ਲੋਕਡਾਊਨ ਕਰਕੇ ਸਾਰੇ ਠੱਪ ਹੋ ਗਏ ਆ। ਅਸੀਂ ਬਹੁਤ ਜ਼ਿਆਦਾ ਦੁਖੀ ਹਾਂ, ਅੱਤ ਦੇ ਦੁਖੀ ਹੋ ਕੇ ਅਸੀਂ ਅੱਜ ਗਰਾਊਂਡ ਲੈਵਲ 'ਤੇ ਆਏ ਹਾਂ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਆਪਣੀਆਂ ਡਿਊਟੀਆਂ ਦਾ ਬਾਈਕਾਟ ਕਰੀਏ, ਅਸੀਂ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਰਹੇ ਹਾਂ, ਅਸੀਂ ਸੇਵਾ ਕਰ ਰਹੇ ਹਾਂ, ਸੇਵਾ ਦੇ ਨਾਲ ਨਾਲ ਸਾਡੇ ਕੋਈ ਹੱਕ ਨਹੀਂ ਮਿਲ ਰਹੇ। ਸਾਡੇ ਬੱਚਿਆਂ ਬੱਚੇ ਵੀ ਸਾਡੇ ਜਿਹੜੇ ਆ ਸਾਡੇ ਮੂੰਹ ਵੱਲ ਵੇਖਦੇ ਆ ਕਿ ਇੰਨੀਆਂ ਮਤਲਬ ਇਹੋ ਜਿਹੀਆਂ ਬਿਲਕੁਲ ਜੀ। ਅਸੀਂ ਸਰਕਾਰ ਦੇ ਹੱਥੋਂ ਦੁਖੀ ਹੋ ਕੇ ਆਪਣੀਆਂ ਡਿਗਰੀਆਂ ਨੂੰ ਸਾੜਿਆ ਵੀ ਜਦੋਂ ਸਾਡੇ ਡਿਗਰੀਆਂ ਦਾ ਕੋਈ ਫਾਇਦਾ ਨਹੀਂ, ਪੇਰੈਂਟਸ ਨੇ ਪੜ੍ਹਾਇਆ ਲਿਖਾਇਆ ਇਹ ਕਿਸੇ ਕੰਮ ਹੀ ਨਹੀਂ ਹੈ, ਸਰਕਾਰ ਸਾਡੇ ਸਰਕਾਰ ਦੇ ਕੰਨ 'ਤੇ ਜੂਹ ਨਹੀਂ ਸਰਕਦੀ ਅਤੇ ਅਸੀਂ ਸਾਡੀਆਂ ਡਿਗਰੀਆਂ ਕਿਸ ਕੰਮ ਆ ਜੀ ਜਦੋਂ ਸਰਕਾਰ ਦੇ ਅੱਜ ਸਰਕਾਰ ਦੇ ਬੱਚੇ ਹੋਣ, ਅੱਜ ਕੈਪਟਨ ਸਾਹਿਬ ਦੇ ਬੱਚੇ ਹੋਣ ਕਿ ਉਹ ਇਸ ਗਰਾਊਂਡ ਲੈਵਲ 'ਤੇ ਇਹੋ ਜਿਹੇ ਹਾਲਾਤ ਹੋਣ, ਉਹਨਾਂ ਕੋਲ ਬਰਦਾਸ਼ਤ ਹੋਏਗਾ? ਅਸੀਂ ਵੀ ਕਿਸੇ ਪੇਰੈਂਟਸ ਦੇ ਬੱਚੇ ਹਾਂ, ਅਸੀਂ ਵੀ ਕਿਸੇ ਬੱਚਿਆਂ ਦੇ ਪੇਰੈਂਟਸ ਆ, ਸਾਨੂੰ ਸਾਡੇ ਵੀ ਬੱਚਿਆਂ ਨੂੰ ਅਸੀਂ ਸਾਡਾ ਤਾਂ ਫਿਊਚਰ ਧੁੰਦਲਾ ਹੈਗਾ ਹੀ ਹੈਗਾ, ਸਾਡੇ ਆਉਣ ਵਾਲੇ ਬੱਚਿਆਂ ਦਾ ਵੀ ਫਿਊਚਰ ਧੁੰਦਲਾ ਸਾਨੂੰ ਨਜ਼ਰ ਆ ਰਿਹਾ ਵਾ, ਉਹ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ।
अगर सरकार ना मंजूर करेगी तो की करोगे आने वाले समय? असी जी अजे साडा जितों तक सानू सरकार साडी सुनवाई नहीं करती, असी अपना संघर्ष होर तेज करांगे।